ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਪੰਜਾਬੀ ਕਿਚਨ ਯੂਟਿਊਬ ਚੈਨਲ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਆ। ਫਰੈਂਡਸ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਹਰੀਆਂ ਸਬਜ਼ੀਆਂ ਖਾਣੀਆਂ ਸਿਹਤ ਦੇ ਲਈ ਬਹੁਤ ਵਧੀਆ ਹੁੰਦੀਆਂ ਹੈ, ਅਤੇ ਅੱਜ ਅਸੀਂ ਬਣਾਵਾਂਗੇ ਮੂਲੀ ਦੇ ਪੱਤਿਆਂ ਦੀ ਸਬਜ਼ੀ। ਸੋ ਸਭ ਤੋਂ ਪਹਿਲਾਂ ਮੈਂ ਇੱਥੇ ਲਈਆਂ ਆ 3 ਮੂਲੀਆਂ, ਅਤੇ ਇਹਨਾਂ ਦੇ ਆਪਾਂ ਜਿਹੜੇ ਪੱਤੇ ਆ ਉਹ ਤੋੜ ਲੈਣੇ ਆ। ਅਤੇ ਤੁਸੀਂ ਧਿਆਨ ਰੱਖਣਾ ਕਿ ਪੱਤੇ ਜਿਹੜੇ ਫਰੈਸ਼ ਹੋਣੇ ਚਾਹੀਦੇ ਆ। ਅਤੇ 3 ਮੂਲੀਆਂ ਦੇ ਇੱਥੇ ਮੈਂ ਪੱਤੇ ਲੈ ਲਏ, ਇਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਧੋ ਲਿਆ ਆ, ਖੁੱਲ੍ਹੇ ਪਾਣੀ ਦੇ ਵਿੱਚ ਧੋਣਾ ਤਾਂ ਕਿ ਇਹਨਾਂ ਦੇ ਵਿੱਚ ਕੋਈ ਵੀ ਮਿੱਟੀ ਵਗੈਰਾ ਨਾ ਰਹੇ। 2 ਵੱਡੇ ਸਾਈਜ਼ ਦੇ ਆਲੂ ਲਏ ਆ, ਤੁਸੀਂ ਚਾਹੋ ਤਾਂ ਆਲੂਆਂ ਦੀ ਥਾਂ 'ਤੇ ਮੂਲੀ ਵੀ ਪਾ ਸਕਦੇ ਹੋ। 1 ਟਮਾਟਰ ਲਿਆ ਆ, ਇਹਨੂੰ ਵੀ ਮੋਟਾ ਮੋਟਾ ਕੱਟ ਲਿਆ ਆ, ਅਤੇ 1 ਪਿਆਜ਼ ਲਿਆ ਆ, ਇਹਨੂੰ ਵੀ ਆਪਾਂ ਕੱਟ ਕੇ ਤਿਆਰ ਕਰ ਲਵਾਂਗੇ। ਅਤੇ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੇ ਮੂਲੀ ਦੇ ਪੱਤੇ ਆ ਇਹਨਾਂ ਨੂੰ ਆਪਾਂ ਕੱਟ ਕੇ ਤਿਆਰ ਕਰਨਾ ਆ। ਅਤੇ ਦੇਖੋ, ਮੂਲੀ ਦੇ ਪੱਤਿਆਂ ਦੇ ਜਿਹੜੇ ਡੰਡਲ ਆ, ਮੋਟੇ ਡੰਡਲ ਜਿਹੜੇ ਆਪਾਂ ਕੱਟ ਦੇਣੇ ਆ, ਅਤੇ ਸਿਰਫ ਜਿਹੜੇ ਸੌਫਟ ਪੱਤੇ ਆ ਉਹੀ ਆਪਾਂ ਸਬਜ਼ੀ ਬਣਾਉਣ ਦੇ ਲਈ ਯੂਜ਼ ਕਰਾਂਗੇ। ਅਤੇ ਦੇਖੋ, ਪੱਤਿਆਂ ਦੇ ਜਿਹੜੇ ਡੰਡਲ ਆ ਉਹ ਮੈਂ ਕੱਟ ਦਿੱਤੇ, ਇਹਨਾਂ ਨੂੰ ਆਪਾਂ ਸਾਈਡ 'ਤੇ ਰੱਖ ਦੇਵਾਂਗੇ, ਅਤੇ ਪੱਤਿਆਂ ਨੂੰ ਆਪਾਂ ਬਿਲਕੁਲ ਬਰੀਕ ਬਰੀਕ ਕੱਟ ਕੇ ਤਿਆਰ ਕਰ ਲਵਾਂਗੇ। ਫਰੈਂਡਸ, ਬਹੁਤ ਹੀ ਜ਼ਿਆਦਾ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਆ, ਅਤੇ ਹੈਲਦੀ ਵੀ ਹੁੰਦੀ ਆ। ਤੁਸੀਂ ਵੀ ਜ਼ਰੂਰ ਬਣਾਇਓ ਅਤੇ ਖਾਇਓ, ਅਤੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ। ਅਤੇ ਦੇਖੋ, ਜਿਹੜੇ ਆਪਾਂ ਆਲੂ ਲਏ ਸੀ, ਆਲੂਆਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਮੀਡੀਅਮ ਜਿਹੇ ਸਾਈਜ਼ ਦੇ ਕੱਟ ਲਵਾਂਗੇ। ਮੈਂ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਤੁਸੀਂ ਆਲੂਆਂ ਦੀ ਥਾਂ 'ਤੇ ਇੱਥੇ ਮੂਲੀਆਂ ਦਾ ਵੀ ਇਸਤੇਮਾਲ ਕਰ ਸਕਦੇ ਹੋ, ਉਹ ਵੀ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀਆਂ। ਅਤੇ ਆਲੂ ਵੀ ਜਿਹੜੇ ਮੈਂ ਕੱਟ ਕੇ ਤਿਆਰ ਕਰ ਲਿਆ, ਪਿਆਜ਼ ਨੂੰ ਆਪਾਂ ਲੰਬਾ ਲੰਬਾ ਸਲਾਈਜ਼ ਕਰ ਲਵਾਂਗੇ। ਅਤੇ ਦੇਖੋ, ਸਬਜ਼ੀ ਬਣਾਉਣ ਦੇ ਲਈ ਸਾਰਾ ਸਮਾਨ ਜਿਹੜਾ ਆਪਾਂ ਕੱਟ ਕੇ ਤਿਆਰ ਕਰ ਲਿਆ, ਅਤੇ ਹੁਣ ਫਟਾਫਟ ਆਪਾਂ ਸਬਜ਼ੀ ਦੇ ਲਈ ਤੜਕਾ ਬਣਾ ਕੇ ਤਿਆਰ ਕਰਾਂਗੇ। ਸੋ ਕੜਾਹੀ ਦੇ ਵਿੱਚ ਮੈਂ ਸਰ੍ਹੋਂ ਦਾ ਤੇਲ ਗਰਮ ਕਰ ਲਿਆ, ਅਤੇ ਇਹਦੇ ਵਿੱਚ ਪਾ ਦੇਵਾਂਗੇ 1 ਚਮਚ ਜੀਰਾ। ਜੀਰੇ ਨੂੰ ਆਪਾਂ ਹਲਕਾ ਜਿਹਾ ਬਰਾਊਨ ਹੋਣ ਤੱਕ ਭੁੰਨ ਲਵਾਂਗੇ, ਅਤੇ ਨਾਲ ਹੀ ਪਾ ਦੇਵਾਂਗੇ ਸਲਾਈਸ ਕੀਤਾ ਹੋਇਆ ਪਿਆਜ਼। ਪਿਆਜ਼ ਨੂੰ ਆਪਾਂ ਇੱਥੇ ਹਲਕਾ ਗੁਲਾਬੀ ਹੋਣ ਤੱਕ ਭੁੰਨਣਾ ਆ। ਫਰੈਂਡਸ, ਤੁਸੀਂ ਚਾਹੋ ਤਾਂ ਪਿਆਜ਼ ਨੂੰ ਬਰੀਕ ਕੱਟ ਕੇ ਵੀ ਪਾ ਸਕਦੇ ਹੋ। ਸੋ ਪਿਆਜ਼ ਨੂੰ ਹੁਣ ਆਪਾਂ ਇੱਥੇ ਹਲਕਾ ਜਿਹਾ ਗੁਲਾਬੀ ਹੋਣ ਤੱਕ ਭੁੰਨ ਲਵਾਂਗੇ, ਅਤੇ ਗੈਸ ਦੀ ਫਲੇਮ ਜਿਹੜੀ ਮੀਡੀਅਮ ਰੱਖਾਂਗੇ। ਅਤੇ ਦੇਖੋ, ਪਿਆਜ਼ ਨੂੰ ਇੱਥੇ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਿਆ, ਤੋਂ ਜ਼ਿਆਦਾ ਆਪਾਂ ਨਹੀਂ ਭੁੰਨਣਾ ਹੈਗਾ। ਅਤੇ ਨਾਲ ਹੀ ਹੁਣ ਇਹਦੇ ਵਿੱਚ ਪਾ ਦੇਵਾਂਗੇ ਆਲੂ, ਕਿਉਂਕਿ ਆਲੂ ਜਿਹੜੇ ਥੋੜ੍ਹੇ ਜਿਹੇ ਪੱਕਣ ਨੂੰ ਟਾਈਮ ਲੈਂਦੇ ਆ, ਅਤੇ ਪੱਤੇ ਜਲਦੀ ਸੌਫਟ ਹੋ ਜਾਣੇ ਆ। ਸੋ ਪਿਆਜ਼ ਦੇ ਨਾਲ ਹੀ ਹੁਣ ਆਪਾਂ ਆਲੂਆਂ ਨੂੰ ਥੋੜ੍ਹਾ ਜਿਹਾ ਸੌਫਟ ਹੋਣ ਤੱਕ ਭੁੰਨ ਲਵਾਂਗੇ। ਆਲੂਆਂ ਨੂੰ ਪੱਕਦੇ ਹੋਏ ਕੁਛ ਟਾਈਮ ਹੋ ਗਿਆ, ਚੈੱਕ ਕਰ ਲੈਂਦੇ ਹਾਂ। ਸੋ ਆਲੂ ਦੇਖੋ ਥੋੜ੍ਹੇ ਜਿਹੇ ਸੌਫਟ ਹੋ ਗਿਆ, ਮਿਕਸ ਕਰ ਦੇਵਾਂਗੇ ਚੰਗੇ ਤਰੀਕੇ ਦੇ ਨਾਲ, ਅਤੇ ਨਾਲ ਹੀ ਹੁਣ ਇਹਦੇ ਵਿੱਚ ਪਾ ਦੇਵਾਂਗੇ ਟਮਾਟਰ ਬਰੀਕ ਕੱਟਿਆ ਹੋਇਆ, ਅਤੇ ਟਮਾਟਰ ਜਿਹੜਾ ਮਿਕਸ ਕਰ ਦੇਵਾਂਗੇ ਚੰਗੇ ਤਰੀਕੇ ਦੇ ਨਾਲ, ਅਤੇ ਨਾਲ ਹੀ ਆਪਾਂ ਇਹਦੇ ਵਿੱਚ ਪਾ ਦੇਵਾਂਗੇ ਨਮਕ। ਨਮਕ ਤੁਸੀਂ ਆਪਣੇ ਸਵਾਦ ਦੇ ਹਿਸਾਬ ਨਾਲ ਪਾਉਣਾ ਆ। ਨਮਕ ਪਾਉਣ ਦੇ ਨਾਲ ਟਮਾਟਰ ਜਿਹੜੇ ਜਲਦੀ ਸੌਫਟ ਹੋ ਜਾਂਦੇ ਆ, ਅਤੇ ਨਾਲ ਹੀ ਆਪਾਂ ਪਾ ਦੇਵਾਂਗੇ ਟੇਸਟ ਦੇ ਹਿਸਾਬ ਦੇ ਨਾਲ ਲਾਲ ਮਿਰਚ, ਤੁਸੀਂ ਚਾਹੋ ਤਾਂ ਹਰੀ ਮਿਰਚ ਵੀ ਪਾ ਸਕਦੇ ਹੋ। ਸੋ ਮਿਕਸ ਕਰ ਦੇਵਾਂਗੇ ਚੰਗੇ ਤਰੀਕੇ ਦੇ ਨਾਲ, ਅਤੇ ਨਾਲ ਹੀ ਆਪਾਂ ਇੱਥੇ ਪਾ ਦੇਵਾਂਗੇ ਹਲਦੀ ਪਾਊਡਰ। ਹਲਦੀ ਵੀ ਤੁਸੀਂ ਆਪਣੇ ਹਿਸਾਬ ਦੇ ਨਾਲ ਪਾ ਲੈਣੀ ਹੈ, ਇੱਥੇ ਮੈਂ 1/2 ਛੋਟੀ ਚਮਚ ਤੋਂ ਥੋੜ੍ਹੀ ਜਿਹੀ ਜ਼ਿਆਦਾ ਪਾਈ ਆ। ਸੋ ਮਿਕਸ ਕਰ ਦੇਵਾਂਗੇ ਚੰਗੇ ਤਰੀਕੇ ਦੇ ਨਾਲ। ਸੋ ਹਲਦੀ ਨੂੰ ਆਪਾਂ ਥੋੜ੍ਹਾ ਜਿਹਾ ਇੱਥੇ ਭੁੰਨ ਲੈਣਾ, ਕਵਰ ਕਰ ਦੇਵਾਂਗੇ ਤਾਂ ਕਿ ਸਾਰੇ ਮਸਾਲੇ ਜਿਹੜੇ ਆਲੂਆਂ ਦੇ ਨਾਲ ਚੰਗੇ ਤਰੀਕੇ ਦੇ ਨਾਲ ਮਿਕਸ ਹੋ ਜਾਣ। ਸੋ ਮਸਾਲੇ ਨੂੰ ਪੱਕਦੇ ਹੋਏ ਕੁਛ ਟਾਈਮ ਹੋ ਗਿਆ, ਅਸੀਂ ਚੈੱਕ ਕਰ ਲੈਂਦੇ ਹਾਂ। ਦੇਖੋ ਕਿੰਨਾ ਜ਼ਿਆਦਾ ਵਧੀਆ ਲੱਗਦਾ ਪਿਆ ਮਸਾਲਾ ਦੇਖਣ ਨੂੰ। ਤੁਸੀਂ ਚਾਹੋ ਤਾਂ ਇਹ ਆਲੂ ਦੀ ਸਬਜ਼ੀ ਇੱਦਾਂ ਵੀ ਖਾ ਸਕਦੇ ਹੋ, ਪਰ ਆਪਾਂ ਬਣਾ ਰਹੇ ਹਾਂ ਅੱਜ ਮੂਲੀ ਦੇ ਪੱਤਿਆਂ ਦੀ ਸਬਜ਼ੀ, ਅਤੇ ਇਹ ਮਸਾਲਾ ਬਣਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਮੂਲੀ ਦੇ ਪੱਤੇ। ਸੋ ਇਹ ਸਾਰੇ ਪੱਤੇ ਜਿਹੜੇ ਆਪਾਂ ਬਰੀਕ ਕੱਟੇ ਸੀ ਇਹ ਆਪਾਂ ਪਾ ਦੇਵਾਂਗੇ ਕੜਾਹੀ ਦੇ ਵਿੱਚ, ਅਤੇ ਹੁਣ ਆਪਾਂ ਇੱਥੇ ਜਿਹੜੇ ਪੱਤੇ ਆ ਇਹ ਮਸਾਲੇ ਦੇ ਨਾਲ ਮਿਕਸ ਨਹੀਂ ਕਰਨੇ ਹੈਗੇ, ਬਸ ਆਪਾਂ ਕੜਾਹੀ ਦੇ ਵਿੱਚ ਇਸ ਤਰੀਕੇ ਨਾਲ ਪੱਤਿਆਂ ਨੂੰ ਚੰਗੇ ਤਰੀਕੇ ਦੇ ਨਾਲ ਫੈਲਾ ਦੇਣਾ ਆ। ਸੋ ਛੇੜਾ ਨਹੀਂ ਦੇਵਾਂਗੇ, ਹੁਣ ਆਪਾਂ ਇੱਦੇ ਪੱਤਿਆਂ ਨੂੰ ਜਿਹੜਾ ਉੱਪਰੋਂ ਕਵਰ ਕਰ ਦੇਣਾ ਆ, ਅਤੇ ਇਹਨਾਂ ਨੂੰ ਥੋੜ੍ਹੀ ਦੇਰ ਲਈ ਇੱਦੇ ਸਟੀਮ ਦੇ ਵਿੱਚ ਪੱਕਣ ਦੇਵਾਂਗੇ ਤਾਂ ਕਿ ਪੱਤੇ ਜਿਹੜੇ ਆ ਚੰਗੇ ਤਰੀਕੇ ਦੇ ਨਾਲ ਸੌਫਟ ਹੋ ਜਾਣ। ਸੋ ਕਵਰ ਕਰ ਦੇਵਾਂਗੇ, ਅਤੇ ਪੱਤਿਆਂ ਨੂੰ ਸੌਫਟ ਹੋਣ ਤੱਕ ਥੋੜ੍ਹਾ ਜਿਹਾ ਇਹਨਾਂ ਨੂੰ ਪਕਾ ਲਵਾਂਗੇ।
ਸਬਜ਼ੀ ਨੂੰ ਪੱਕਦੇ ਹੋਏ ਕੁਛ ਟਾਈਮ ਹੋ ਗਿਆ, ਚੈੱਕ ਕਰ ਲੈਂਦੇ ਹਾਂ। ਦੇਖੋ ਪੱਤੇ ਜਿਹੜੇ ਥੋੜ੍ਹੇ ਜਿਹੇ ਸੌਫਟ ਹੋ ਗਿਆ ਅਤੇ ਪੱਤਿਆਂ ਨੇ ਆਪਣਾ ਪਾਣੀ ਵੀ ਜਿਹੜਾ ਰਿਲੀਜ਼ ਕਰ ਦਿੱਤਾ ਆ। ਸੋ ਮਿਕਸ ਕਰ ਦੇਵਾਂਗੇ ਆਲੂਆਂ ਦੇ ਨਾਲ ਪੱਤਿਆਂ ਨੂੰ ਚੰਗੇ ਤਰੀਕੇ ਨਾਲ। ਤੁਸੀਂ ਚਾਹੋ ਤਾਂ ਇਹਨਾਂ ਨੂੰ ਪਹਿਲਾਂ ਵੀ ਮਿਕਸ ਕਰ ਸਕਦੇ ਹੋ, ਕੋਈ ਇੱਦਾਂ ਦਾ ਇਸ਼ੂ ਨਹੀਂ ਹੈਗਾ। ਸੋ ਮਿਕਸ ਕਰ ਦੇਵਾਂਗੇ ਚੰਗੇ ਤਰੀਕੇ ਦੇ ਨਾਲ, ਅਤੇ ਪੱਤਿਆਂ ਨੂੰ ਮਿਕਸ ਕਰਨ ਤੋਂ ਬਾਅਦ ਵੀ ਆਪਾਂ ਸਬਜ਼ੀ ਨੂੰ ਥੋੜ੍ਹਾ ਜਿਹਾ ਪਕਾਉਣਾ ਹੈ ਤਾਂ ਕਿ ਸਾਰੇ ਮਸਾਲੇ ਜਿਹੜੇ ਆ ਪੱਤਿਆਂ ਦੇ ਨਾਲ ਵੀ ਮਿਕਸ ਹੋ ਜਾਣ। ਫਰੈਂਡਸ, ਤੁਸੀਂ ਦੇਖਿਆ ਕਿ ਸਬਜ਼ੀ ਬਣਾਉਣੀ ਕਿੰਨੀ ਜ਼ਿਆਦਾ ਆਸਾਨ ਆ ਅਤੇ ਬਹੁਤ ਹੀ ਜ਼ਿਆਦਾ ਹੈਲਦੀ ਸਬਜ਼ੀ ਹੈ। ਇਹ ਖਾਣੇ ਦੇ ਲਈ ਕਾਫੀ ਸਾਰੇ ਮਿਨਰਲਸ ਹੁੰਦੇ ਆ, ਵਿਟਾਮਿਨਸ ਹੁੰਦੇ ਆ। ਸੋ ਤੁਸੀਂ ਇਹ ਸਬਜ਼ੀ ਜ਼ਰੂਰ ਬਣਾ ਕੇ ਖਾਇਓ। ਸੋ ਦੇਖੋ ਚੰਗੇ ਤਰੀਕੇ ਦੇ ਨਾਲ ਮੈਂ ਮਿਕਸ ਕਰ ਦਿੱਤਾ ਹੈ, ਅਤੇ ਹੁਣ ਆਪਾਂ ਕੀ ਕਰਾਂਗੇ, ਸਬਜ਼ੀ ਨੂੰ ਥੋੜ੍ਹੀ ਦੇਰ ਲਈ ਹੋਰ ਕਵਰ ਕਰ ਦੇਵਾਂਗੇ ਅਤੇ 2 ਤੋਂ 3 ਮਿੰਟ ਲਈ ਆਪਾਂ ਸਬਜ਼ੀ ਨੂੰ ਹੋਰ ਪੱਕਣ ਦੇਵਾਂਗੇ। ਸੋ ਸਬਜ਼ੀ ਨੂੰ ਇੱਥੇ ਮੈਂ ਥੋੜ੍ਹਾ ਜਿਹਾ ਚੈੱਕ ਕੀਤਾ ਸੀਗਾ ਅਤੇ ਆਲੂ ਜਿਹੜੇ ਤੁਸੀਂ ਦੇਖ ਸਕਦੇ ਹੋ ਥੋੜ੍ਹੇ ਜਿਹੇ ਕੱਚੇ ਆ। ਸੋ ਮਿਕਸ ਕਰ ਦੇਵਾਂਗੇ ਚੰਗੇ ਤਰੀਕੇ ਦੇ ਨਾਲ ਅਤੇ ਕਵਰ ਕਰਕੇ ਸਬਜ਼ੀ ਨੂੰ ਥੋੜ੍ਹੀ ਦੇਰ ਲਈ ਹੋਰ ਪੱਕਣ ਲਈ ਛੱਡ ਦੇਵਾਂਗੇ। ਅਤੇ ਦੇਖੋ ਸਬਜ਼ੀ ਨੂੰ ਪੱਕਦੇ ਹੋਏ ਕੁਛ ਟਾਈਮ ਹੋ ਗਿਆ ਸੀਗਾ। ਸੋ ਆਲੂ ਜਿਹੜੇ ਆ ਚੰਗੇ ਤਰੀਕੇ ਨਾਲ ਪੱਕ ਗਿਆ ਅਤੇ ਪੱਤੇ ਵੀ ਦੇਖ ਸਕਦੇ ਹੋ ਚੰਗੇ ਤਰੀਕੇ ਦੇ ਨਾਲ ਪੱਕ ਗਿਆ। ਸੋ ਹੁਣ ਆਪਾਂ ਸਬਜ਼ੀ ਨੂੰ ਫਟਾਫਟ ਗਰਮਾ ਗਰਮ ਸਰਵ ਕਰਾਂਗੇ। ਸੋ ਕੜਾਹੀ ਜਿਹੜੀ ਮੈਂ ਗੈਸ ਦੇ ਉੱਪਰੋਂ ਉਤਾਰ ਲਈ ਆ, ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਵਧੀਆ ਲੱਗਦੀ ਪਈ ਸਬਜ਼ੀ ਦੇਖਣ ਨੂੰ, ਜਸਟ ਲੁਕਿੰਗ ਲਾਈਕ ਅ ਵਾਓ। ਸੋ ਸਬਜ਼ੀ ਜਿਹੜੀ ਸਾਡੀ ਬਿਲਕੁਲ ਬਣ ਕੇ ਤਿਆਰ ਆ, ਸਬਜ਼ੀ ਨੂੰ ਆਪਾਂ ਗਰਮਾ ਗਰਮ ਸਰਵ ਕਰਾਂਗੇ। ਸੋ ਤੁਸੀਂ ਸਬਜ਼ੀ ਨੂੰ ਸਰਵ ਕਰਨ ਦੇ ਲਈ ਕੋਈ ਵੀ ਸਰਵਿੰਗ ਬਾਊਲ ਜਾਂ ਪਲੇਟ ਲੈ ਲੈਣੀ ਹੈ, ਉਹਦੇ ਵਿੱਚ ਆਪਾਂ ਸਬਜ਼ੀ ਜਿਹੜੀ ਆ ਸਰਵ ਕਰ ਦਾਂਗੇ। ਸੋ ਫਰੈਂਡਸ, ਤੁਸੀਂ ਦੇਖਿਆ ਕਿ ਸਬਜ਼ੀ ਬਣਾਉਣੀ ਕਿੰਨੀ ਜ਼ਿਆਦਾ ਆਸਾਨ ਆ। ਤੁਸੀਂ ਵੀ ਇਸੇ ਤਰੀਕੇ ਨਾਲ ਮੂਲੀ ਦੇ ਪੱਤਿਆਂ ਦੀ ਹੈਲਦੀ ਅਤੇ ਟੇਸਟੀ ਸਬਜ਼ੀ ਬਣਾਇਓ ਅਤੇ ਖਾਇਓ। ਜੇ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਿਓ, ਸ਼ੇਅਰ ਕਰਿਓ ਅਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿਹੋ ਜਿਹੀ ਲੱਗੀ। ਜੇਕਰ ਚੈਨਲ 'ਤੇ ਪਹਿਲੀ ਵਾਰੀ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਅਤੇ ਨਾਲ ਹੀ ਬੈੱਲ ਆਈਕਨ ਪ੍ਰੈਸ ਕਰਕੇ ਆਲ ਦੀ ਆਪਸ਼ਨ 'ਤੇ ਕਲਿੱਕ ਕਰਿਓ ਤਾਂ ਕਿ ਮੇਰੇ ਆਉਣ ਵਾਲੇ ਵੀਡੀਓ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕਣ। ਸੋ ਫਰੈਂਡਸ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਫੈਮਿਲੀ ਔਰ ਫਰੈਂਡਸ ਦੇ ਨਾਲ, ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ। ਤੁਹਾਡੀ ਸਪੋਰਟ ਦੀ ਜ਼ਰੂਰਤ ਆ, ਸੋ ਤੁਹਾਡੀ ਸਪੋਰਟ ਦੇ ਨਾਲ ਹੀ ਚੈਨਲ ਜਿਹੜਾ ਅੱਗੇ ਜਾਣਾ ਆ। ਸੋ ਫਰੈਂਡਸ, ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਥੈਂਕਸ ਫੋਰ ਵਾਚਿੰਗ।